مرحبا 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 آمدی مصطفیٰ مرحبا 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 آمدی مصطفیٰ مرحبا آپ کی ذات ہے پاک نور بھلا سرور انبیاء یا حبیب خدا آئے تو سارا جہاں سج گیا جنوں حسنین دے نانے جو سونا کوئی نہیں لگتا بولے سبحان اللہ جڑا تھک گیا سبحان اللہ کہہ کے بولے سبحان اللہ میں کیا ہے کہ جڑا تھک گیا سبحان اللہ کہہ کے بولے سبحان اللہ سارے نے رج کے کیا سبحان اللہ یعنی کہ تاری یہ توجہ مل کر اور میں سنیا کروں کہ اگلا بندہ کی کہہ رہا تو پھر ہی مجھے پڑھن کا اور تمہیں سنن کا مزہ آئے گا اور پتا ہوئے گا کہ میں کی کہہ رہا تھی کی کہہ رہے جنہوں حسنین دے نانے جا سونا کوئی نہیں لگتا بولے سبحان اللہ پیچھے والے بھائی بھی بولو بولو ذرا سبحان اللہ سونا حسنین دا نانا سارا جگ دیوانا سونا حسنین دا نانا سارا جگ دیوانا سونا حسنین دا نانا کرم کرو سرکار سونا حسنین دا نانا سارا جگ دیوانا سونا حسنین دا نانا سارا جگ دیوانا بڑا سونا تینوں بڑا سونا تینوں میرے رب نے بنایا دنیا 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 چلایا ہوں اس کلام کی خوبصورتی ہے کہ میں تمہیں دو دفعہ ہاتھ کا اشارہ کروں گا کہ تھی دو دفعہ ہاتھ کھڑے کر کے سنا لگے تو بولے ہو جنہوں سرکار جا سونا کوئی نہیں لگتا دوجا بندہ چپ رہ سکتا ہے تو ہوں دیکھنا کہڑا بولتا کہڑا چپ بیٹھا ہے تیری یہ شان نلالی اوتے کملی کالی تیری یہ شان نلالی اوتے کملی کالی نبیاں دوئے سردار کرم کرو سرکار سونا حسنین دا نانا سارا جگ دیوانا سونا حسنین دا نانا سارا جگ دیوانا واسطے تینوں تیری آل پیاری دا تیری واسطے تینوں کربل دے کاری دا کی واسطہ ہے کی واسطہ ہے کربل دے کاری دا جڑا کربل دے کاری دے سب کے چولیاں پڑھنا چاہندا ہے دو واری سبحان اللہ اسلام سنگھ کا زور لا کے خوش ہو کے لائے گا کی کرم کرو سرکار سونا حسنین دا نانا سونا حسنین دا نانا سارا جگ دیوانا وقاص شرازی دیاں ہن آساں پوریاں وقاص شرازی دیاں ہن آساں پوریاں سدے
ਜਦੋਂ ਮੈਂ ਹੱਥ ਦਾ ਇਸ਼ਾਰਾ ਕਰਾਂ ਉਦੋਂ ਬੋਲਿਆ ਗੁਰੂ ਪਹਿਲੇ ਨਹੀਂ, ਹੁਣ ਮੈਂ ਦੁਆ ਕਰਨਾ ਕਿ ਜਿਹੜਾ ਦੀਵਾਨਾ ਇਹਨਾਂ ਜੁਮਲਿਆਂ ਤੇ ਸੀ ਇਹਦਾ ਟਿਲ ਲਾ ਕੇ ਸਭ ਤੋਂ ਬੁਲੰਦ ਆਵਾਜ਼ ਤੇ ਸੁਭਾਨ ਅੱਲਾਹ ਬੋਲੇ, ਅੱਜ ਉਮਰੇ ਦਾ ਤੀਸਰਾ ਟਿਕਟ ਉਹਨੂੰ ਅਤਾ ਹੋ ਗਿਆ। ਜੁਮਲੇ ਸੁਣਨ ਤੋਂ ਬਾਅਦ ਕੀ ਵਕਾਸ ਸ਼ਿਰਾਜ਼ੀ ਦੀਆਂ ਹੁਣ ਆਸਾਂ ਪੂਰੀਆਂ, ਸਦ ਲੋ ਮਦੀਨੇ ਆਕਾ ਦੂਰ ਹੋਣ ਦੂਰੀਆਂ, ਇਹ ਵੀ ਹੁਣ ਦਰਦੇ ਆਵੇ ਕਰੋ ਸਰਕਾਰ ਸੋਹਣ ਸਾਰਾ ਜਗਦੀ ਦਾਦਾ ਸਖੀਏ ਉਹਦਾ ਦਰਬਾਰ ਕਰੋ ਸਰਕਾਰ ਸੋਹਣ ਸਸਮੈਨ ਦਾਦਾ ਸਾਰਾ ਜਗਦੀ ਦਾਦਾ ਸੋਹਣਾ ਸਸਮੈਨ ਦਾਦਾ ਕਲਾਮ ਦੀ ਫਰਮਾਇਸ਼ ਬਾਈ ਜਾਂਦੀ ਤਰਫੋਂ ਮੈਂ ਪੜ੍ਹਦਾ ਤਾਂ ਨਹੀਂ ਹੁੰਦਾ ਲੇਕਿਨ ਮੌਜੂਦ ਜ਼ਰੂਰ ਹੈ, ਮੈਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਪੇਸ਼ ਕਰਨ ਦੀ ਦੋ ਸ਼ਾਰ ਉਹਦੇ ਲਈ। ਉਦੋਂ ਤੱਕ ਸਾਰੇ ਦੀਵਾਨੇ ਦੀਵਾਨਵਾਰ ਹੋ ਕੇ, ਕਿਉਂਕਿ ਸਭ ਤੋਂ ਵੱਡੀ ਨਾਤ ਹੀ ਦੁਰਦੇ ਪਾ ਕੇ, ਤਾਂ ਦੁਰਦੇ ਪਾਕ ਬਾਬਾ ਜ਼ਬਲਿਮ ਪੜ੍ਹ ਲਓ ਸੱਲਾਹ ਜੀ। ਇੱਕ ਦੋ ਸ਼ਾਰ ਮੈਂ ਇਸ ਕਲਾਮ ਦੇ ਭਾਈ ਜਾਨ ਨੇ ਫਰਮਾਇਸ਼ ਕੀਤੀ ਮਿਲਾਦ ਦੇ ਹਵਾਲੇ ਨਾਲ। ਯਕੀਨਨ ਸਾਰੇ ਮਿਲਾਦ ਮਨਾ ਕੇ ਬੈਠੇ ਹਾਂ, ਅਸੀਂ ਮਨਾ ਰਹੇ ਹਾਂ ਅਤੇ ਮਿਲ ਕੇ ਸਦਾ ਲਾਣੀ ਕੀ ਮਿਲਾਦ ਮਨਾਇਆ ਕਰੇ ਤੈਨੂੰ ਰੰਗ ਲੱਗ ਜਾ ਬਣ ਗਏ ਜਿਹੜਾ ਕੀਤਾ ਇਸ ਗੱਲ ਤੇ ਉਹ ਬੋਲੇ ਮਿਲਾਦ ਮਨਾਇਆ ਕਰੇ ਤੈਨੂੰ ਰੰਗ ਲੱਗ ਜਾ ਬਣ ਗਏ ਮਿਲਾਦ ਮਨਾਇਆ ਕਰੇ ਤੈਨੂੰ ਰੰਗ ਲੱਗ ਜਾ ਬਣ ਗਏ ਖੁਸ਼ੀਆਂ ਮਨਾਇਆ ਕਰੇ ਤੈਨੂੰ ਰੰਗ ਲੱਗ ਜਾ ਬਣ ਗਏ ਖੁਸ਼ੀਆਂ ਮਨਾਇਆ ਕਰੇ ਤੈਨੂੰ ਰੰਗ ਲੱਗ ਜਾ ਗਲੀ ਸਾਰੀ ਸੋਹਣੇ ਦੀ ਗੁਰਬਤ ਵਿੱਚ ਬਣ ਜਾਣੀ ਗਲੀ ਸਾਰੀ ਸੋਹਣਾ ਜ਼ਿਕਰ ਸੁਣਾਇਆ ਗਏ ਤੈਨੂੰ ਰੰਗ ਲੱਗ ਜਾ ਬਣ ਗਏ ਸੋਹਣਾ ਜ਼ਿਕਰ ਸੁਣਾਇਆ ਗਏ ਤੈਨੂੰ ਰੰਗ ਲੱਗ ਸੋਹਣਾ ਜ਼ਿਕਰ ਸੁਣਾਇਆ ਕਰੇ ਤੈਨੂੰ ਰੰਗ ਬਣ ਗਏ ਸੋਹਣਾ ਜ਼ਿਕਰ ਸੁਣਾਇਆ ਕਰੇ ਤੈਨੂੰ ਰੰਗ ਜਗ ਜਾ ਬਣ ਗਏ ਸ਼ਾਨ ਅਲੀ ਮੌਲਾ ਤੇਰਾ ਕਬ ਦਾਏ ਸ਼ਾਨ ਅਲੀ ਮੌਲਾ ਪਤਾ ਚੱਲੇਗਾ ਕਿਹੜਾ ਦੀਵਾਨਾ ਮੌਲਾ ਅਲੀ ਦਾ ਤਖਸ਼ਾਨ ਅਲੀ ਮੌਲਾ ਤੇਰਾ ਖੈਬਰ ਕੰਮ ਦਾ ਨਾਰਾ ਹੈ ਤੇਰੀ ਲਾਇਆ ਕਰੇ ਤੈਨੂੰ ਰੰਗ ਲੱਗ ਜਾ ਬਣ ਗਏ ਦੂਸਰੀ ਫਰਮਾਇਸ਼ ਉਸ ਤੋਂ ਬਾਅਦ ਅੰਤ ਪੇਸ਼ ਕਰਾਂਗਾ। ਇਸ ਕਲਾਮ
ਜਦੋਂ ਹਜ਼ਰਤ ਅਲੀ ਨਾਲ ਸਾਦੀਆ ਤਵੱਜੋ ਰੱਖਣਾ ਤਾਂ ਉਹਦੇ ਹੀ ਤੁਹਾਨੂੰ ਸਮਝ ਆਏਗੀ ਜਦੋਂ ਸੁਣ ਲਓਗੀ ਕਿ ਮੈਂ ਕੀ ਕਹਿ ਰਿਹਾ ਫਿਰ ਕਲਾਮ ਦੀ ਸਮਝ ਆਏਗੀ ਜਦੋਂ ਹਜ਼ਰਤ ਅਲੀ ਨਾਲ ਸਾਦੀਆ ਤੁਹਾਡੇ ਤੇ ਮੇਰੇ ਸਰਕਾਰ ਨੂੰ ਆਪਣੀ ਝੋਂਪੜੀ ਬਾਰੀ ਚ ਲੈ ਕੇ ਆਉਂਦੀਆਂ ਖਾਮੋਸ਼ੀ ਹਜ਼ਰਤ ਅਲੀ ਨਾਲ ਸਾਦੀਆ ਤੁਹਾਡੇ ਤੇ ਮੇਰੇ ਸਰਕਾਰ ਨੂੰ ਆਪਣੀ ਝੋਂਪੜੀ ਬਾਰੀ ਚ ਲੈ ਕੇ ਆਉਂਦੀਆਂ ਤੇ ਜਦੋਂ ਆਸ ਪਾਸ ਦੀਆਂ ਦਾਈਆਂ ਸਰਕਾਰ ਦੇ ਆਲਮ ਦੇ ਚਿਹਰੇ ਬਾਰੀ ਨੂੰ ਦੇਖਦੀਆਂ ਉਹ ਫਿਰ ਹਜ਼ਰਤ ਅਲੀ ਨਾਲ ਸਾਦੀਆ ਨੂੰ ਕੀ ਇੰਤਜ਼ਾਰ ਕਰਦੀਆਂ ਕਿਵੇਂ ਇੰਤਜ਼ਾਰ ਕਰਦੀਆਂ ਸ਼ਾਇਰ ਇੰਜ ਬਿਆਨ ਕਰਦਾ ਜਿਹੜਾ ਕਮੀ ਬਣ ਕੇ ਬੈਠਾ ਸਰਕਾਰ ਦਾ ਆਸ਼ਿਕ ਬਣ ਕੇ ਬੈਠਾ ਜ਼ਰੂਰ ਬੋਲੇਗਾ ਕਿਉਂਕਿ ਗੱਲ ਫਿਰ ਇੱਥੇ ਜਿਹੜਾ ਕਮੀ ਹੈ ਨਾ ਉਹ ਬੋਲੇਗਾ ਸਰਕਾਰ ਦਾ ਕਮੀ ਬੋਲੇਗਾ ਕੀ ਦਾਈਆਂ ਨੇ ਹਜ਼ਰਤ ਅਲੀ ਮਾ ਸਾਦੀ ਨੂੰ ਕੀ ਇੰਤਜ਼ਾਰ ਕੀਤੀ ਸਰਕਾਰ ਦੁਆਰਾ ਦਾ ਚਿਹਰਾ ਬਾਰੇ ਦੇਖਣ ਤੋਂ ਬਾਅਦ ਦਾਈਆਂ ਨੇ ਇੰਤਜ਼ਾਰ ਕੀਤੀ ਸਾਫ਼ ਕਰਾਂਗੀ ਮੈਂ ਬੱਕਰੀਆਂ ਦਾ ਵਾੜਾ ਜਿਹੜਾ ਕਹਿੰਦਾ ਕਿ ਕਾਸ਼ ਉਸ ਦੌਰ ਚ ਹੁੰਦਾ ਤੇ ਸਰਕਾਰ ਦੀ ਗੁਲਾਮੀ ਕਰਦਾ ਉਹ ਬੋਲੇ ਹਲੀਮਾ ਮੈਨੂੰ ਨਾਲ ਰੱਖ ਸਾਫ ਕਰਾਂਗੀ ਮੈਂ ਬੱਕਰੀਆਂ ਦਾ ਵਾੜਾ ਹਲੀਮਾ ਮੈਨੂੰ ਨਾਲ ਰੱਖ ਲੈ ਨਾਲ ਰੱਖ ਲੈ ਹਲੀਮਾ ਮੈਨੂੰ ਨਾਲ ਰੱਖ ਲੈ ਨਾਲ ਰੱਖ ਲੈ ਹਲੀਮਾ ਮੈਨੂੰ ਨਾਲ ਰੱਖ ਲੈ ਨਾਲ ਰੱਖ ਲੈ ਹਲੀਮਾ ਮੈਨੂੰ ਨਾਲ ਰੱਖ ਲੈ ਤੇਰੀਆਂ ਬੱਕਰੀਆਂ ਨੂੰ ਅੰਮਾ ਤੇਰੀਆਂ ਬੱਕਰੀਆਂ ਨੂੰ ਅੰਮਾ ਤੇਰੀਆਂ ਬੱਕਰੀਆਂ ਨੂੰ ਆਵਾਂਗੀ ਮੈਂ ਚਾਰਾ ਹਲੀਮਾ ਮੈਨੂੰ ਨਾਲ ਰੱਖ ਲੈ ਜਾਵਾਂਗੀ ਜਿੱਥੇ ਜਿੱਥੇ ਚੱਲੇਗੀ ਮੈਂ ਉੱਥੇ ਉੱਥੇ ਜਾਵਾਂਗੀ ਨਸ ਕੇ ਬਾਜ਼ਾਰੋਂ ਤੇਰਾ ਸੌਦਾ ਵੀ ਲੈ ਆਵਾਂਗੀ ਨਸ ਕੇ ਬਾਜ਼ਾਰੋਂ ਤੇਰਾ ਸੌਦਾ ਵੀ ਲੈ ਆਵਾਂਗੀ ਲੈ ਆਵਾਂਗੀ ਤੇਰਾ ਤੁਮ ਕਰਾਂਗੀ ਮੈਂ ਸਾਰਾ ਹਲੀਮਾ ਮੈਨੂੰ ਨਾਲ ਰੱਖ ਲੈ ਨਾਲ ਰੱਖ ਲੈ ਹਲੀਮਾ ਮੈਨੂੰ ਨਾਲ ਰੱਖ ਲੈ ਅੰਮਾ ਹਲੀਮਾ ਆਮਿਨਾ ਦੇ ਚੰਨ ਦਾ ਮੈਂ ਝੂਲਾ ਵੀ ਝੂਲਾਵਾਂਗੀ ਤਾਈ ਹਜ਼ਰਤ ਅਲੀ ਮਾ ਸਾਦੀਆ ਨੂੰ ਕਹਿੰਦੀ ਕਿ ਮੈਂ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਮੈਂ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਲੇਕਿਨ ਹੁਣ ਤੁਹਾਡੀ ਮੇਰੀ ਸੋਚ ਇਹ ਸੋਚਦੀ ਹੋਣੀ ਹੈ ਕਿ ਉਹਨੇ ਤਨਖਾਹ ਕੀ ਮੰਗੀ ਹੋਏਗੀ ਸਾਰੇ ਕੰਮ ਕਰਨ ਦੀ ਚੁੱਲ੍ਹਾ ਤੇਰਾ ਬਾਲਾਂਗੀ ਮੁੱਠੀਆਂ ਪਕਾਵਾਂਗੀ ਜਿੱਥੇ ਜਿੱਥੇ ਕੱਲੇਗੀ ਉੱਥੇ ਉੱਥੇ ਜਾਵਾਂਗੀ ਯਾਨੀ ਸਾਰੇ ਕੰਮ ਕਰਨ ਨੂੰ ਤਿਆਰ ਹਾਂ ਤੇ ਤਨਖਾਹ ਕੀ ਮੰਗੀ ਉਸ ਤਾਈ ਨੇ ਹਜ਼ਰਤ ਅਲੀ ਮਾ ਸਾਦੀਆ ਕੋ ਜੁਮਲੇ ਸੁਣੋ ਤੇ ਜੁਮਲੇ ਸੁਣਨ ਤੋਂ ਬਾਅਦ ਜਿਹਦੇ ਦਿਲ ਨੂੰ ਸਭ ਤੋਂ ਜ਼ਿਆਦਾ ਬਲਕਿ ਜਿਹਨੂੰ ਸਭ ਤੋਂ ਜ਼ਿਆਦਾ ਮਜ਼ਾ ਆਵੇ ਇਹਨਾਂ ਜੁਮਲਿਆਂ ਨੂੰ ਸੁਣਨ ਦਾ ਬਾਬਾਜ਼ੇ ਬੁਲੰਦ ਜਿੰਨਾ ਮਜ਼ਾ ਆਵੇ ਉਨੀ ਬੁਲੰਦ ਆਵਾਜ਼ ਨੂੰ ਸੁਣਾਉਣ ਦੀ ਸਜ਼ਾ ਚਾਹੀਦੀ ਹੈ ਉਨੀ ਬੁਲੰਦ ਆਵਾਜ਼ ਨੂੰ ਸੁਣਾਉਣ ਦੀ ਸਜ਼ਾ ਚਾਹੀਦੀ ਹੈ ਤੇ ਯਕੀਨਨ ਇਹ ਜੁਮਲੇ ਤੇ ਹੁਣ ਕਮੀ ਬੋਲੇਗਾ ਸਰਕਾਰ ਦਾ ਜੁਮਲੇ ਸੁਣੋ ਦਾਈ ਕਹਿੰਦੀ ਮੈਂ ਸਾਰੇ ਕੰਮ ਕਰਾਂਗੀ ਤੇ ਤਨਖਾਹ ਸਿਰਫ ਇਹ ਲਵਾਂਗੀ ਕੀ ਬਸ ਕਰਾਂਗੀ ਮੈਂ ਸਟੇਜ ਵਾਲਿਆਂ ਵੱਲ ਵੀ ਤੁਸੀਂ ਧਿਆਨ ਰੱਖਣਾ ਕਿ ਸਟੇਜ ਵਾਲੇ ਵੀ ਹੁਣ ਬੋਲਦੇ ਨੇ ਕਿ ਨਹੀਂ ਬਸ ਕਰਾਂਗੀ ਮੈਂ ਅੰਮਾ ਸੋਹਣੇ ਦਾ ਨਜ਼ਾਰਾ ਹਲੀਮਾ ਮੈਨੂੰ ਨਾਲ ਰੱਖ ਲੈ ਨਾਲ ਰੱਖ ਲੈ ਹਲੀਮਾ ਮੈਨੂੰ ਨਾਲ ਰੱਖ ਲੈ ਨਾਲ 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 ਮੈਨੂੰ ਨਾਲ 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 ਮੈਨੂੰ ਨਾਲ 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 ਮੈਨੂੰ ਨਾਲ 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 ਤੇਰੀਆਂ ਬੱਕਰੀਆਂ ਨੂੰ ਅੰਮਾ ਤੇਰੀਆਂ ਬੱਕਰੀਆਂ ਨੂੰ ਆਵਾਂਗੀ ਮੈਂ ਚਾਰਾ ਹਲੀਮਾ ਮੈਨੂੰ ਨਾਲ ਰੱਖ ਲੈ ਆਫਿਸ ਯੂਨਸ ਬੜਾ ਤੇ ਹਲੀਮਾ ਦਾ ਆਫਿਸ ਯੂਨਸ ਬੜਾ ਸ਼ਾਨ ਹਲੀਮਾ ਦਾ
ਸਾਡਾ ਇਸ ਬਿਨਾ ਹੋਣਾ ਨੀ ਗੁਜ਼ਾਰਾ ਹਲੀਮਾ ਮੈਨੂੰ ਨਾਲ ਰੱਖ ਲੈ ਹਲੀਮਾ ਮੈਨੂੰ ਨਾਲ ਰੱਖ ਲੈ ਅੰਮਾ ਹਲੀਮਾ ਸਾਰੇ ਬੋਲੋ ਕੀ ਕਹਿਣਾ ਵਾਦੀ ਵਾਦੀ ਬਸਤੀ ਬਸਤੀ ਦੀਵਾਨੋ ਕਾ ਨਾਰਾ ਵਾਦੀ ਵਾਦੀ ਬਸਤੀ ਬਸਤੀ ਦੀਵਾਨੋ ਦੀਵਾਨਾ ਪਤਾ ਕਿਵੇਂ ਕਹਿੰਦੇ ਆਸ਼ਕ ਹੋਰ ਚੀਜ਼ ਔਰ ਦੀਵਾਨਾ ਹੋਰ ਚੀਜ਼ ਦੀਵਾਨਾ ਕਹਿੰਦੇ ਨੇ ਪਾਗਲ ਬਣ ਤੇ ਦੀਵਾਨਾ ਸਰਕਾਰ ਦਿਸ਼ਕ ਚ ਗੁੰਮ ਹੋ ਕੇ ਦੀਵਾਨਾ ਵਾਰ ਹੋ ਕੇ ਹੱਕੇ ਦੀ ਸਦਾ ਬੁਲੰਦ ਕਰੋ ਵਾਦੀ ਵਾਦੀ ਬਸਤੀ ਬਸਤੀ ਦੀਵਾਨੋ ਕਾ ਨਾਰਾ ਹੱਕੇ ਸੋਹਣਾ ਆਇਆ ਤੇ ਸੱਜ ਕੇ ਨੇ ਗਲੀਆਂ ਬਾਜ਼ਾਰ 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 ਵਾਦੀ ਵਾਦੀ ਬਸਤੀ ਬਸਤੀ ਦੀਵਾਨੋ ਕਾ ਨਾਰਾ ਹੱਥ ਖੜੇ ਕਰਕੇ ਹੱਕੇ ਕਹਿਣਾ ਵਾਦੀ ਵਾਦੀ ਬਸਤੀ ਬਸਤੀ ਦੀਵਾਨੋ ਕਾ ਨਾਰਾ ਹੱਕੇ ਸੋਹਣਾ ਆਇਆ ਤੇ ਸੱਜ ਕੇ ਨੇ ਗਲੀਆਂ ਬਾਜ਼ਾਰ ਸੋਹਣਾ ਆਇਆ ਤੇ ਸੱਜ ਕੇ ਨੇ ਗਲੀਆਂ ਬਾਜ਼ਾਰ ਵੇਖ ਲਛਪਾਲ ਦਾ ਕਹਿੰਦੀਏ ਹਲੀਮਾ ਮੁੱਖਾ ਵੇਖ ਲਛਪਾਲ ਦਾ ਕਹਿੰਦੀਏ ਹਲੀਮਾ ਮੁੱਖਾ ਵੇਖ ਲਛਪਾਲ ਦਾ ਲੱਭੇ ਕੇ ਲੈ ਆਵਾ ਕਿਤੋਂ 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 ਸੋਹਣਾ ਤੇਰੇ ਨਾਲ ਦਾ ਮੈਂ ਲੱਭ ਕੇ ਲੈ ਆਵਾ ਕਿਥੋਂ ਲੱਭ ਕੇ ਲੈ ਆਵਾ ਕਿਥੋਂ ਸੋਹਣਾ ਤੇਰੇ ਨਾਲ ਦਾ